ਇਹ ਜਿਹੜੀ ਸਕੀਮ 'ਚ ਅੱਜ ਪਲਾਟ ਅਸੀਂ 21 ਪਲਾਟ ਜ਼ਰੂਰਤਮੰਦਾਂ ਨੂੰ ਦਿੱਤੇ ਗਏ, ਬਿਨਾਂ ਜਾਤ ਤੋਂ ਭੇਦਭਾਵ ਤੋਂ ਉੱਪਰ ਉੱਠ ਕੇ। ਜੋ ਇਲੈਕਸ਼ਨ ਤੋਂ ਪਹਿਲਾਂ ਰਾਹੁਲ ਗਾਂਧੀ ਕਾਂਗਰਸ ਪਾਰਟੀ ਦਾ ਔਰ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੂੰ ਲੋਕਾਂ ਨੇ, ਪੰਜਾਬ ਦੇ ਲੋਕਾਂ ਨੇ 78 ਸੀਟਾਂ ਦੇ ਕੇ ਨਿਵਾਜਿਆ ਕਾਂਗਰਸ ਪਾਰਟੀ ਦੇ ਰਾਹੀਂ, ਉਹਨਾਂ ਦੀ ਜੋ ਕਮਿਟਮੈਂਟ ਸੀ ਇਲੈਕਸ਼ਨ ਤੋਂ ਪਹਿਲਾਂ ਕਿ ਸਾਰੇ ਗਰੀਬ ਲੋਕਾਂ ਨੂੰ ਜਿਨ੍ਹਾਂ ਕੋਲ ਪਲਾਟ ਹੈ ਨਹੀਂ ਪਿੰਡਾਂ ਦੇ ਵਿੱਚ, 5-5 ਮਰਲੇ ਦੇ ਪਲਾਟ ਦੇਣੇ ਨੇ ਔਰ ਦੇਵਾਂਗੇ, ਔਰ ਅੱਜ ਅਸੀਂ ਸ਼ੁਰੂਆਤ ਕੀਤੀ ਹੈ। ਕੇਜਰੀਵਾਲ ਪੰਜਾਬ 'ਚ ਆਏ ਨੇ, ਇੱਥੇ ਹਿੰਦੁਸਤਾਨ ਹੈ, ਆਜ਼ਾਦ ਹਿੰਦੁਸਤਾਨ ਹੈ, ਕੋਈ ਵੀ ਆ ਸਕਦਾ। ਉਹ ਤਾਂ ਇੱਕ ਗੁਰਦਾਸ ਮਾਨ ਦਾ ਗੀਤ ਸੀ, ਕਹਿੰਦਾ ਮੈਂ ਕੀ ਭਾਲਦਾ, ਕਹਿੰਦਾ ਭਾਈ ਮੈਂ ਜਵਾਨੀ ਮੇਰੀ ਮਿੱਟੀ 'ਚੋਂ ਭਾਲਦਾ ਖੋ ਗਈ ਸੀ। ਹੁਣ ਉਹ ਜਵਾਨੀ ਵਾਂਗੂ ਇੱਥੇ ਵੋਟਾਂ ਭਾਲਦਾ ਫਿਰਦਾ, ਇੱਥੇ ਕੁਛ ਨਹੀਂ। ਅਪੀਲ ਤਾਂ ਦੇਖੋ, ਮੋਦੀ ਸਾਹਿਬ ਨੂੰ ਉਹਨਾਂ ਦੇ ਲੱਛੇਦਾਰ ਭਾਸ਼ਣ ਸੁਣ ਕੇ, ਉਹਨਾਂ ਦੇ ਲਾਰੇ ਸੁਣ ਕੇ ਹਿੰਦੁਸਤਾਨ ਦੇ ਲੋਕਾਂ ਨੂੰ ਉਹਨਾਂ ਨੂੰ ਕੁਰਸੀ 'ਤੇ ਬਿਠਾ ਦਿੱਤਾ। ਨਾ ਤਾਂ ਉਹਨਾਂ ਨੇ ਗਰੀਬ ਲਈ ਕੋਈ ਗੱਲ ਕੀਤੀ ਹੈ, ਨਾ ਗਰੀਬ ਕਿਸਾਨ ਲਈ ਕੁਛ ਕੀਤਾ ਹੈ। ਸਿਰਫ ਐਸੇ 20-50 ਲੋਕ ਨੇ ਹਿੰਦੁਸਤਾਨ 'ਚ ਜਿਨ੍ਹਾਂ ਨੂੰ ਪਾਲਣ ਵਾਸਤੇ ਅੰਡਾਨੀ, ਅਬਾਨੀ, ਟਾਟਾ, ਬਾਟਾ ਉਹਨਾਂ ਦਾ ਲੋਕਾਂ ਦਾ ਖੂਨ ਚੂਸ ਕੇ ਉਹਨਾਂ ਦੇ ਢਿੱਡ ਭਰ ਰਹੇ ਨੇ। ਜਿਹੜਾ ਪੈਟਰੋਲ ਦਾ ਰੇਟ ਅੱਜ 80 ਰੁਪਈਏ ਹੈ, ਉਹ ਤਾਂ 40 ਰੁਪਈਏ ਮਾਰਕੀਟ ਰੇਟ ਚਾਹੀਦਾ ਸੀ। ਇਹ ਮੋਦੀ ਸਾਹਿਬ ਐਸਾ ਕਰ ਰਹੇ ਨੇ ਕਿ ਕਦੇ ਮੁੜ ਕੇ, ਮੋਦੀ ਸਾਹਿਬ ਨੇ ਤਾਂ ਜਾਣਾ ਹੀ ਜਾਣੀ ਹੈ, ਉਹਨਾਂ ਦੀ ਪਾਰਟੀ ਨੂੰ ਵੀ ਹਮੇਸ਼ਾ ਲਈ ਉਹ ਖਤਮ ਕਰਕੇ ਜਾਣਗੇ। ਜਿੱਦਾਂ ਕਿ ਇਹ ਤਾਂ ਨਕਲੀ ਜਿਹੜਾ ਦੁੱਧ ਵਾਲੀ ਫੈਕਟਰੀ ਫੜੀ ਹੈ, ਜਿਹੜੇ ਅਫੀਸਰ ਨੇ ਇਹ ਪੈਸੇ ਲੈ ਕੇ ਧੰਦਾ ਕਰਾ, ਨਾ ਉਹ ਬਖਸ਼ਿਆ ਜਾਏਗਾ, ਔਰ ਜਿਹੜੇ ਦੋਸ਼ੀ ਨੇ ਉਹ ਵੀ ਨਹੀਂ ਬਖਸ਼ੇ ਜਾਣਗੇ। ਔਰ ਪੰਜਾਬ ਸਰਕਾਰ, ਕੈਪਟਨ ਅਮਰਿੰਦਰ ਸਿੰਘ ਸਰਕਾਰ ਨਕਲੀ ਬੰਦਿਆਂ ਨੂੰ, ਨਕਲੀ ਵਸਤਾਂ ਨੂੰ ਕਦੇ ਪਸੰਦ ਨਹੀਂ ਕਰਦੀ। ਨਕਲੀ ਬੰਦਿਆਂ ਅਤੇ ਵਸਤਾਂ ਨੂੰ ਲੋਕਾਂ ਦੇ ਸਾਹਮਣੇ ਲਿਆਵਾਂਗੇ।